ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਜਿਹੜੇ ਵੀ ਬਣਾ ਨੇ ਆਪਣੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਚਲੋ ਵੀ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਅੱਜ ਆਪਾਂ ਤੁਹਾਡੋ ਲਈ ਲੈ ਕੇ ਆਏ ਹਾਂ ਕੰਬਾਈਨ ਗੁਰਨਾਨਕ 985 ਕੰਬਾਈਨ ਹੈ ਤੇ 2010 ਮਾਡਲ ਆ 0 ਟੂ ਇੰਜਨ ਹੈ ਟਾਇਰ ਹੈਗੇ ਨਹੀਂ 50 ਵੈਸੇ ਨਾਲ ਦੇ ਟਾਇਰ ਨੇ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਵਧੀਆ ਕੰਮਾਈ ਨਾ ਫਰੰਟ ਤੋਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਮੈਨੇ ਸਾਫ ਸੁਥਰੀ ਕੰਮਾਈ ਨੇ ਤੇ ਮਾਲਕ ਜੀ ਵੀ ਜਿਹੜੇ ਏਰੀਆ ਹੈਗੇ ਜੀ ਮੱਲੇ ਵਾਲਾ ਜੀ ਇਹ ਨਜੀਰਾ ਜੀਰਾ ਦੇ ਵਿੱਚ ਹੈ ਤੇ ਪਾਵਰ ਸਟੀering ਹੈ ਤੁਸੀਂ ਕੰਟੈਕਟ ਨੰਬਰ ਸਕ੍ਰੀਨ ਤੇ ਸ਼ੋਅ ਹੈ ਤੁਸੀਂ ਕੰਟੈਕਟ ਕਰਕੇ ਮਾਲਕ ਜੀ ਤੋਂ ਇਸ ਦੀ ਹੋਰ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਫਰੰਟ ਟਾਇਰ ਦੇਖ ਸਕਦੇ ਹੋ 50 ਪੈਸੀ ਟਾਇਰ ਨੇ ਤੇ ਇਸ ਦਾ ਜਿਹੜਾ ਪ੍ਰਾਈਸ ਰੱਖਿਆ ਹੈ ਜੀ 7,50,000 ਰੁਪਏ ਮੋਕ ਤੇ ਲੈਸ ਹੋ ਸਕਦਾ ਤੁਸੀਂ ਕੰਟੈਕਟ ਕਰਕੇ ਮਾਗਵੀਰ ਤੋਂ ਇਹ ਦੀਨ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਪੁੱਛ ਸਕਦੇ ਹੋ 02 ਇੰਜਨ ਹੈ ਕੰਡੀਸ਼ਨ ਦੇਖ ਸਕਦੇ ਤੁਸੀਂ ਇੰਜਨ ਦਾ ਦੂਸਰੇ ਟਾਇਰ ਦੀ ਕੰਡੀਸ਼ਨ ਉਹ ਘਾ ਦੇਣਾ ਤੁਹਾਨੂੰ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਟਰੈਕਟਰ ਵੀ ਵਿਕਾਉ ਲੈ ਕੇ ਆਏ ਆ ਫਾਰਮ ਟਰੈਕ 60 ਹੈ ਜੀ ਮਾਡਲ ਹੈਗਾ 6 ਤੇ ਇਸ ਦੇ ਬੈਕ ਟਾਇਰ ਹੈਗੇ ਨੇ 75 ਪੈਸੇ ਫਰੰਟ ਟਾਇਰ ਹੈਗੇ ਨੇ 30 ਪੈਸੇ ਹਰਿਆਣਾ ਨੰਬਰ ਹੈ ਜੀ ਐਸ ਐਸ ਆ ਏਰੀਆ ਫਿਰਸਾ ਰਣੀਆਂ ਏਰੀਆ ਮਾਲਕ ਵੀਰ ਦਾ ਤੇ ਨਾਮ ਹੋਇਆ ਮਾਲਕ ਵੀਰ ਦੇ ਹੈ ਤੇ ਇਸ ਦਾ ਜਿਹੜਾ ਪ੍ਰਾਈਸ ਹੈ 2.5 ਲੱਖ ਰੁਪਏ 250000 ਦਾ ਪ੍ਰਾਈਸ ਰੱਖਿਆ ਗਿਆ ਤੇ ਤੁਸੀਂ ਕੰਡੀਸ਼ਨ ਬਿਲਕੁਲ ਦੇਖ ਸਕਦੇ ਹੋ ਸਿੰਪਲ ਸਟੀering ਹੈ ਤੇ ਸੈਂਟਰ ਗੇਅਰ ਹੈ ਬਾਕੀ ਤੁਸੀਂ ਬੈਕ ਟਾਇਰ ਦਾ ਜਿਹੜਾ ਕੰਡੀਸ਼ਨ ਆਪ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੀ ਸਾਰਾ ਤੇ ਜੇਕਰ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਲੈਣਾ ਹੋਵੇ ਤਾਂ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਕੰਟੈਕਟ ਕਰਕੇ ਇਸ ਦੀ ਹੋਰ ਇਨਫਰਮੇਸ਼ਨ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਟਰੈਕਟਰ ਨੂੰ ਤੇ ਜਿਹੜੇ ਵੀ ਰਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਕੀ ਤੁਸੀਂ ਇਹ ਟਰੈਕਟਰ ਦਾ ਕੰਡੀਸ਼ਨ ਦੇਖ ਸਕਦੇ ਹੋ ਸ਼ੋ ਦਾ ਰੰਗ ਬਿਲਕੁਲ ਨਾਲ ਦਾ ਤੇ ਸ਼ਾਈਨੀ ਦੇ ਵਿੱਚ ਰੰਗ ਪਿਆ ਟਰੈਕਟਰ ਦਾ ਸਿੰਪਲ ਸਟੀering ਤੇ ਸਪੀਕਰ ਲੱਗੇ ਹੋਏ ਨੇ ਮਿਊਜ਼ਿਕ ਸਿਸਟਮ ਹੈਗਾ ਜੀ ਟਰੈਕਟਰ ਦੇ ਨਾਲ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਵਧੀਆ ਟਰੈਕਟਰ ਹੈ ਸ਼ਾਈਨੀ ਦੇ ਵਿੱਚ ਰੰਗ ਹੈ ਹਾਂਜੀ ਇੱਕ ਨਿਊ ਹੀਰਾ ਕੰਬਾਈਨ ਹੈ ਜੀ ਨਵ ਮਾਡਲ ਹੈ 02 ਪੇਟੀ ਬੰਦ ਇੰਜਨ ਹੈ ਗੁੱਡ ਕੰਡੀਸ਼ਨ ਦੇ ਵਿੱਚ ਤੇ ਫਿਕਸਡ ਪ੍ਰਾਈਸ ਹੈ ਜੀ ਤੇ ਕੰਟੈਕਟ ਨੰਬਰ ਜੀ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਕੰਟੈਕਟ ਕਰਕੇ ਮਾਲਕ ਵੀਰ ਦਾ ਏਰੀਆ ਤੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਬਾਕੀ ਤੁਸੀਂ ਕੰਬਾਈਨ ਦੀ ਜਿਹੜੀ ਕੰਡੀਸ਼ਨ ਹੈ ਉਹ ਦੇਖ ਸਕਦੇ ਹੋ ਤੇ ਕੰਬਾਈਨ ਦਾ ਜਿਹੜਾ ਪ੍ਰਾਈਸ ਹੈਗਾ ਜੀ 8,50,000 ਰੁਪਏ ਤੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਜੀ ਤੁਹਾਨੂੰ ਦੇਖ ਸਕਦੇ ਤੁਸੀਂ ਜੇ ਕਿਸੇ ਨੇ ਲੈਣੀ ਹੋਵੇ ਕੰਬਾਈਨ ਤਾਂ ਕੰਟੈਕਟ ਕਰ ਸਕਦਾ ਮਾਲਕ ਵੀ ਇਹਨਾਂ ਤੇ ਏਰੀਆ ਵੀ ਪੁੱਛ ਸਕਦਾ ਕੰਟੈਕਟ ਕਰਕੇ ਮਾਲਕ ਵੀਰ ਨੂੰ ਤੇ ਫਰੰਟ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਬਾਈਨ ਆ ਤੇ ਬਿਲਕੁਲ ਓਕੇ ਆ ਕੰਮ ਕੀਤਾ ਹੋਇਆ ਸਾਰਾ ਤੇ ਬੈਕ ਤੋਂ ਦਿਖਾ ਦਿੰਦੇ ਨੇ ਤੁਹਾਨੂੰ ਕਿ ਤੋ ਰੰਗ ਲਹਿਤਾ ਨਹੀਂ ਹੋਆ ਦੁਬਾਰਾ ਕੀਤਾ ਨਹੀਂ ਆ ਨਾ ਕਿ ਤੇ ਰੰਗ ਤੇ ਬੈਟਰੀ ਬਾਕਸ ਦੇਖ ਸਕਦੇ ਹੋ ਤੇ ਪੰਪ ਸਟੀering ਬਿਲਕੁਲ ਓਕੇ ਆ ਤੇ ਕਾਟਰ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਹੈ ਗੁੱਡ ਕੰਡੀਸ਼ਨ ਦੇ ਵਿੱਚ ਕੱਟ ਰਹੀ ਜੀ ਤੇ ਬਿਲਕੁਲ ਓਕੇ ਹੈ ਕਾਟਰ ਤੇ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਨੀਵਾਂ ਕੰਡੀਸ਼ਨ ਹੈ ਵੀ ਚੈੱਕ ਕਾਟਰ ਵੀ ਪਿੱਛੋਂ ਦੇਖ ਸਕਦੇ ਹੋ ਹਾਂ ਚਾ ਆਪਣੇ ਕੋਲ ਇੱਕ ਹੋਰ ਟਰੈਕਟਰ ਹੈ ਜੀ ਤੇ ਸਵਰਾਜ 735 F E J ਤੇ ਮਾਡਲ ਹੈਗਾ ਜੀ 98 ਪੰਜਾਬ ਨੰਬਰ ਹੈ ਜੀ ਆਲ オリジナル ਹੈ ਕਿਤੇ ਦੁਬਾਰਾ ਰੰਗਣੀ ਕੀਤਾ ਹੋਇਆ ਤੇ 70 ਪੈਸੇ ਟਾਇਰ ਨੇ ਨਿਊ ਬੈਟਰੀ ਤੇ ਇਸ ਦਾ ਪ੍ਰਾਈਸ ਰੱਖੀ ਜੀ 1,60,000 ਰੁਪਏ ਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਹੋਰ ਇਨਫਰਮੇਸ਼ਨ ਲੈ ਸਕਦੇ ਹੋ ਤੇ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ ਪਿਆ ਜੀ ਮੈਗਰਾਟ ਬਿਲਕੁਲ ਗਲੇ ਨਹੀਂ ਹੋਏ ਹੈਗੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਤੇ ਰੰਗ ਬਿਲਕੁਲ ਓਕੇ ਹੈ ਰੰਗ ਹੈ ਜੀ ਤੇ ਕੰਡੀਸ਼ਨ ਬਿਲਕੁਲ ਓਕੇ ਹੈ ਟਰੈਕਟਰ ਦਾ ਤੇ ਕੰਮ ਕੀਤਾ ਹੋਇਆ ਟਰੈਕਟਰ ਦਾ ਇੰਜਨ ਗੇਅਰ ਫੁੱਲ ਗਾਰੰਟੀ ਮਲਕ ਵੀਰ ਦੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਤੇ ਲਾਈਟਾਂ ਦੇਖ ਸਕਦੇ ਹੋ ਤੁਸੀਂ ਫਰੰਟ ਤੋਂ ਬੰਪਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਓਕੇ ਆ ਤੇ ਤੁਹਾਨੂੰ ਦੂਸਰੀ ਸਾਈਡ ਤੇ ਦਿਖਾ ਦਿੰਦੇ ਹਾਂ ਟਰੈਕਟਰ ਦਾ ਕੰਡੀਸ਼ਨ ਤੇ ਨਾਲ ਮਿਊਜ਼ਿਕ ਸਿਸਟਮ ਵੀ ਹੈਗਾ ਜੀ ਤੇ ਰਿਮ ਦਾ ਕੰਡੀਸ਼ਨ ਦੇਖ ਸਕਦੇ ਹੋ ਫਰੰਟ ਤੇ ਬੈਕ ਤੁਸੀਂ ਨੀਚੋਂ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਬੈਟਰੀ ਬਾਕਸ ਤੇ ਆਲਟਰਨੇਟਰ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਗੁੱਡ ਕੰਡੀਸ਼ਨ ਦੇ ਵਿੱਚ ਹੈਗਾ ਜੀ ਤੇ ਜਿਹੜੇ ਵੀ ਰਾਂ ਨੇ ਆਪਣੀ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਆਪਣੀ ਚੈਨਲ ਤੇ ਨਿਊ ਨੇ ਉਹ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਦਬਾ ਦਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ